ਵੈਰ ਪਾ ਕੇ ਪਿਛਲੇ ਲਾ ਲਿਆ ਚਾਹੇ, ਪਿਛਲੇ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ। ਮੈਂ ਮਿੰਬਰ ਤੇ ਖਲੋ ਕੇ ਮੈਂ ਵੇਂਦਾ ਰਿਹਾ, ਇਹ ਫਰੰਟ ਵਾਲੇ ਬੋਲਦੇ ਰਹੇ ਨੇ, ਪਿਛਲੇ ਚੁੱਪ ਨੇ। ਅੱਲਾ ਜਾਣੇ ਮੁੰਤਜ਼ਰ ਸ਼ਾਹ ਨਾਲ ਨਾਰਾਜ਼ ਨੇ, ਫਿਆਜ਼ ਨਾਲ ਜਾਂ ਜ਼ਾਕਰਾਂ ਨਾਲ ਨਾਰਾਜ਼ ਬੈਠੇ ਨੇ। ਇਹ ਅਗਲੇ ਭਾਵੇਂ ਚੁੱਪ ਕਰ ਜਾਣ, ਤੁਸੀਂ ਨੌਕਰ ਨੂੰ ਖੈਰਾ ਦੇਣੀ ਹੈ। ਵੈਰ ਪਾ ਕੇ ਵੈਰ ਪਾ ਕੇ ਲੁੱਥੇ ਪਹਿਲੇ ਮਿਸਰੇ ਦਾ ਵੈਰ ਪਾ ਕੇ, ਫਿਰ ਸੁਣੋ, ਵੈਰ ਪਾ ਕੇ ਅਲੀ ਦੇ ਨਾਲ ਜੱਗ ਤੇ ਤੂੰ ਐਵੇਂ ਬੇਮੌਤ ਨਾ ਮਰੀ। ਸ਼ਾਬਾਸ਼ 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 ਅਚਾ ਅਲੀ ਲਾਲ ਕਲੰਦਰ। ਜ਼ਿੰਦਗੀ ਆਵਣ ਬਈ, ਆਲੀਆ ਤੁਹਾਡੀ ਨਸਲਾਂ ਤੇ ਆਰਾਮ ਫਰਮਾਵੇ ਬਈ। ਬਈ ਇਤਨੀ ਕੁ ਢਿੱਲ ਲੱਗਦੀ ਹੈ। ਬਜ਼ੁਰਗ ਕਹਿੰਦਾ ਸਾਇਆ ਸਲਾਮਤ ਹੋਵੇ ਵੀ ਲਫ਼ ਸੁਣਾ। ਵੈਰ ਪਾ ਕੇ ਅਲੀ ਦੇ ਨਾਲ ਜੱਗ ਤੇ ਤੂੰ ਐਵੇਂ ਬੇਮੌਤ ਨਾ ਮਰੇ। ਵੈਰ ਪਾ ਕੇ ਅਲੀ ਦੇ ਨਾਲ ਜੱਗ ਤੇ ਤੂੰ ਐਵੇਂ ਬੇਮੌਤ ਨਾ ਮਰੇ। ਵੈਰ ਪਾ ਕੇ ਅਲੀ ਦੇ ਨਾਲ ਜੱਗ ਤੇ ਤੂੰ ਐਵੇਂ ਬੇਮੌਤ ਨਾ ਮਰੇ। ਵੈਰ ਪਾ ਕੇ ਅਲੀ ਦੇ ਨਾਲ ਜੱਗ ਤੇ ਤੂੰ ਐਵੇਂ ਬੇਮੌਤ ਨਾ ਮਰੇ। ਵੈਰ ਪਾ ਕੇ ਐਵੇਂ ਬੇਮੌਤ ਨਾ ਮਰੇ। ਵੈਰ ਪਾ ਕੇ ਅਲੀ ਦੇ ਨਾਲ ਜੱਗ ਤੇ ਤੂੰ ਐਵੇਂ ਬੇਮੌਤ ਨਾ ਮਰੇ। ਖੱਬੇ ਮਲੇ ਵਾਲੇ ਸੁਣਨ ਦੇ ਮੂਡ ਚ ਬੈਠੇ ਨੇ, ਸੱਜੇ ਮਲੇ ਵਾਲੇ ਇਹਦੇ ਸਰਦਾਰ ਬੈਠੇ ਨੇ, ਮਗਰ ਚਲੋ ਚਰਚਾ ਬਣਾ ਨਾਲ ਜੱਗ ਤੇ ਤੂੰ ਐਵੇਂ ਬੇਮੌਤ ਨਾ ਮਰੇ। ਵੈਰ ਪਾ ਕੇ ਅਲੀ ਦੇ ਨਾਲ ਜੱਗ ਤੇ ਤੂੰ ਐਵੇਂ ਬੇਮੌਤ ਨਾ ਮਰੀ। ਜਿਹੜੀ ਬਣ ਜਾਵੇ ਮੂੰਹ ਉੱਤੇ ਲਾਨਤ ਤੂੰ ਇੰਜ ਦੀ ਨਮਾਜ਼ ਨਾ ਪੜੇ। ਜ਼ਿੰਦਗੀ ਹੋਵੇ ਚਾਚਾ, ਕਿਆ ਬਾਤ ਹੈ, ਤੂੰ ਜਿਵੇਂ ਪਿਆ ਚਾਚਾ, ਯੇ ਵੀ ਅਲੀ ਕੀ ਮਿਹਰਬਾਨੀ ਹੈ, ਕਿਆ ਬੁਢਾਪਾ ਹੈ, ਕਿਆ ਜਵਾਨੀ ਹੈ। ਜ਼ਿੰਦਗੀ ਹੋਵੇ ਇਮਾਮ ਜ਼ਮਾਨਾ ਤੁਹਾਡੀ ਨਸਲਾਂ ਤੇ ਆਰਾਮ ਫਰਮਾਵੇ ਬਈ। ਕਮਾਲ ਹੋ ਗਈ ਚਾਚਾ ਨਵੀਦ ਜੀ, ਰੇਲ ਵਾਕਿਆ ਤੁਹਾਨੂੰ ਸੁਣਾਉਣ ਲੱਗ, ਜਿੱਥੇ ਮੇਰਾ ਗਰੀਬ ਖਾਨਾ ਹੈ ਨਾ ਹੈਦਰ ਭਾਈ, ਜਿੱਥੇ ਮੇਰਾ ਗਰੀਬ ਖਾਨਾ ਹੈ ਮੁੰਤਜ਼ਰ ਸ਼ਾਹ, ਸਾਡੀ ਇੱਕ ਸਾਹਮਣੇ ਗਲੀ, ਉਸ ਗਲੀ ਦੇ ਵਿੱਚ ਇੱਕ ਘਰ ਆਈ ਜਿਹੜਾ 21 ਰਮਜ਼ਾਨ ਨੂੰ ਮੌਲਾ ਅਲੀ ਬਾਦਸ਼ਾਹ ਦਾ ਤਾਬੂਤ ਬਰਾਮਦ ਕਰਾਉਂਦਾ। ਜਿਸ ਗਲੀ ਦੇ ਵਿੱਚੋਂ ਤਾਬੂਤ ਗੁਜ਼ਰਦਾ ਹੀ ਨਾ, ਪਹਿਲੇ ਉਸ ਘਰ ਦਾ ਪੁੱਤਰ ਆਈ ਛੋਟਾ, ਅਤੇ ਜਿਹੜੇ ਵੇਲੇ ਹੋਇਆ ਜਵਾਨ, ਟੁਰਦਾ ਟੁਰਦਾ ਮਾਂ ਦੇ ਕੋਲ ਆਇਆ, ਆ ਕੇ ਆਖਣ ਲੱਗਾ, ਅੰਮਾ ਅੱਜ ਤੋਂ ਬਾਅਦ ਸ਼ੀਆਂ ਦੇ ਮੌਲਾ ਦਾ ਤਾਬੂਤ ਮੈਂ ਆਪਣੀ ਗਲੀ 'ਚੋਂ ਨਹੀਂ ਲੰਘਣ ਦੇਣਾ। ਬੇਸ਼ੁਮਾਰ ਪੁੱਤਰ ਤੇ ਗੱਲ ਕਰ ਛੱਡੀ ਨਾ ਬੁਹਾਣੇ ਵਾਲੇ, ਮਗਰ ਜਿਹੜੀ ਹੁੰਦੀ ਮਾਂ ਜਵਾਬ ਦਿੱਤਾ ਨਾ, ਮੈਨੂੰ ਬੜਾ ਪਸੰਦ ਆ, ਯਕੀਨਨ ਤੁਹਾਨੂੰ ਵੀ ਪਸੰਦ ਆਏਗਾ। ਮਾਂ ਪੁੱਛਿਆ ਵਜ੍ਹਾ ਕਿਹੜੀ ਹੈ, ਉਸ ਆਖਿਆ ਮਾਂ ਜਿਹੜੀ ਵੀ ਵਜ੍ਹਾ ਹੋਵੇ ਅੱਜ ਤੋਂ ਬਾਅਦ ਸ਼ੀਆਂ ਦੇ ਮੌਲ ਦਾ ਤਾਬੂਤ ਮੈਂ ਆਪਣੀ ਗਲੀ 'ਚੋਂ ਨਹੀਂ ਲੰਘਣ ਦੇਣਾ। ਪੁੱਤਰ ਗੱਲ ਕੀਤੀ ਸੱਚਾ ਮਨ ਹੁਸੈਨ, ਪੁੱਤਰ ਗੱਲ ਕੀਤੀ ਮਾਂ ਗੁੱਸੇ 'ਚ ਆ ਕੇ, ਪੁੱਤਰ ਦੇ ਪਾਸੇ ਮੁਖਾਤਬ ਹੋ ਕੇ ਆਖਰੀਏ, ਜਦੇ ਆਂਗਨ ਦੀ ਤਤਹੀਰ ਮਸ਼ੀਅਤ ਦਾ ਪਰਦਾ ਹੋਵੇ, ਜਦੇ ਆਂਗਨ ਦੀ ਤਤਹੀਰ ਮਸ਼ੀਅਤ ਦਾ ਪਰਦਾ ਰੱਖੋ, ਜਦੇ ਆਂਗਨ ਦੀ ਤਤਹੀਰ ਮਸ਼ੀਅਤ ਦਾ ਪਰਦਾ ਹੋਵੇ, ਜਦੇ ਚਿਹਰੇ ਨੂੰ ਕੁਰਾਨ ਸਵਾਬ ਲਈ ਪੜਦਾ ਹੋਵੇ, ਜਦੇ ਚਿਹਰੇ ਨੂੰ ਕੁਰਾਨ ਸਵਾਬ ਲਈ ਪੜਦਾ ਹੋਵੇ, ਇੱਜ਼ਤ ਜਹਦੀ ਆਜ਼ਾਦ ਕਰੇ ਸਲਵਾਤ ਜਦੇ ਤੇ ਯਜ਼ਦਾਨ ਪੜੇ, ਰੱਬ ਵਰਗੇ ਦੀ ਓ ਰੱਬ ਵਰਗੇ ਦੀ, ਰੱਬ ਵਰਗੇ ਦੀ ਕਰਕੇ ਬੁਰਾਈ ਤੂੰ ਅੰਮੀ ਨੂੰ ਜ਼ਲੀਲ ਨਾ ਕਰੇ। ਸ਼ਾਬਾਸ਼ ਸ਼ਾਬਾਸ਼, ਕਿਆ ਬਾਤ ਹੈ, ਹੱਥ ਉਠਾ ਵਾਲੀ ਲਾਲ ਕਲੰਦਰ। ਮਿਹਰਬਾਨੀ ਜੀ, ਹੱਥ 'ਚ
چاہ کے ہر بندہ قرآن پڑھے آخری مات میں نہیں جرات نال بولو حیدری پھر پڑھیے سارے کا پروگرام میں دوبارہ پڑھا جی جنہوں کا پروگرام ہے وہ چنارا ہے دری پھر دوجا نارا ہے دری تریجا نارا ہے دری چوتھا نارا ہے دری پنج تنگ من نال دوے بعد بلند کر کے پنجواں نارا ہے دری جدے آنگن دی تطہیر مشیت دا پردہ ہوے جدے آنگن دی تطہیر مشیت دا پردہ ہوے جد چہرے نو قرآن ثواب لئی پردہ ہوے جد چہرے نو قرآن ثواب لئی پردہ ہوے عزت جندے آدان کرے سلوات جندتے یزدان پڑے رب ورگے دی او رب ورگے دی ہاں رب ورگے دی کر کے برائی تو امینو ذلیل نہ کرے بھائی کیا کہنے بھائی کمال ہو گئی لو جی انہاں دا پروگرام بن گیا جڑ گئے نے جشن منان واسطے تے پھر کیوں نہ ماتمی دی شان دے قصیدہ تو سناواں